ਮੋਢੇ ਤੇ ਲੱਗਿਆ ਬਿੱਲਾ ਨੰਬਰ 56, ਸਿਰ ਤੇ ਬੰਨਿਆ ਲਾਲ ਪਰਨਾ ਤੇ ਤਿਆਰ ਹੋ ਗਈ ਮਾਇਆ। ਮਾਇਆ ਜੋ ਮੁਸਾਫਰਾਂ ਦੇ ਸਮਾਨ ਦਾ ਭਾਰ ਆਪਣੇ ਮੋਢੇ ਟੰਗ ਕੇ ਜ਼ਿੰਦਗੀ ਦਾ ਭਾਰ ਲਾਹਣ ਦੀ ਹਰ ਰੋਜ਼ ਕੋਸ਼ਿਸ਼ ਕਰਦੀ ਹੈ, ਹਰ ਰੋਜ਼ ਕੋਸ਼ਿਸ਼ ਕਰਦੀ ਹੈ ਕਿ ਮਰਦਾਂ ਦੇ ਮੋਢੇ ਨਾਲ ਮੋਢੇ ਜੋੜ ਕੇ ਆਪਣੇ ਪਰਿਵਾਰ ਦਾ ਢਿੱਡ ਭਰ ਸਕੇ। ਪਤੀ ਦੀ ਮੌਤ ਤੋਂ ਬਾਅਦ ਮਾਇਆ ਨੇ ਆਪਣੇ ਪਤੀ ਦਾ ਹੀ ਬਿੱਲਾ ਆਪਣੇ ਨਾਂ ਤੇ ਰਜਿਸਟਰ ਕਰਵਾਇਆ ਤੇ ਕੁਲੀ ਦੀ ਜ਼ਿੰਦਗੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਸ਼ੁਰੂ ਕਰ ਲਈ। ਮਾਇਆ ਨਾ ਸਿਰਫ ਆਪਣੇ ਇਸ ਕੰਮ ਤੋਂ ਖੁਸ਼ ਹੈ ਬਲਕਿ ਹੋਰਨਾਂ ਔਰਤਾਂ ਦੇ ਲਈ ਮਿਸਾਲ ਵੀ ਹੈ। ਔਰ ਮੈਂ ਆਪਣੇ ਆਦਮੀ ਕੇ ਮਰਨੇ ਕੇ ਬਾਅਦ ਮੈਂ ਕੁਲੀ ਕਾ ਕੰਮ 6 ਸਾਲ ਸੇ ਕਰ ਰਹੀ ਹੂੰ ਔਰ ਆਪਣਾ ਕੰਮ ਕਰਕੇ ਆਪਣਾ ਪੇਟ ਔਰ ਬੱਚੇ ਕੋ ਪਾਲ ਰਹੀ ਹੂੰ। ਕਿਤਨੇ ਪੈਸੇ ਬਣ ਜਾਤੇ ਹੈਂ? ਹਮਾਰੇ ਕੋ ਦਿਹਾੜੀ ਬਣ ਜਾਤੀ ਹੈ ਜੋ 400-500 ਰੁਪਇਆ ਬਣ ਜਾਤਾ ਹੈ। ਮੇਰੀ ਕਿਰਾਇਆ ਅਸੀਂ ਯਹਾਂ ਪਰ ਜਗਰਾਵਾਂ ਪੁਰ ਕੇ ਸੀ ਗੈਸ ਕੰਪਨੀ ਕੇ ਪਾਸ ਥੀ ਵਹਾਂ ਪਰ ਮੇਰਾ ਆਪਣਾ ਮਕਾਨ ਥਾ ਔਰ ਪਹਿਲੇ ਕੇ ਇਹ ਸਰਕਾਰ ਕਾ ਮਤਲਬ ਹਮਾਰੇ ਕੋ ਰਾਮਨਗਰ ਮੇਂ ਫਲੈਟੋਂ ਮੇਂ ਸ਼ਿਫਟ ਕੀਆ ਹੈ। ਮਿੰਨੀ ਮਾਨਚੈਸਟਰ ਦੇ ਰੇਲਵੇ ਸਟੇਸ਼ਨ ਤੇ ਕੁਲੀ ਦਾ ਕੰਮ ਕਰਨ ਵਾਲੀ ਰਜਾ ਵੀ ਪਤੀ ਦੀ ਮੌਤ ਤੋਂ ਬਾਅਦ ਖੁਦ ਨੂੰ ਮਜਬੂਰ ਸਮਝਣ ਲੱਗ ਪਈ ਸੀ, ਪਰ ਮਾਇਆ ਨੂੰ ਵੇਖ ਕੇ ਰਜਾ ਵੀ ਮੁੜ ਖੜੀ ਹੋਈ। ਮਾਇਆ ਹਰ ਰੋਜ਼ ਜ਼ਿੰਦਗੀ ਨਾਲ ਜੱਦੋਜਹਿਦ ਕਰਦੀ ਹੈ ਪਰ ਕਦੇ ਅੱਕਦੀ ਨਹੀਂ, ਥੱਕਦੀ ਵੀ ਨਹੀਂ। ਪਤੀ ਦੀ ਮੌਤ ਤੋਂ ਬਾਅਦ ਉਸ ਤੇ ਪਰੇਸ਼ਾਨੀਆਂ ਦਾ ਦੂਜਾ ਪਹਾੜ ਉਦੋਂ ਟੁੱਟਿਆ ਜਦੋਂ ਰੇਲ ਲਾਈਨ ਵਿਛਾਉਣ ਦੇ ਲਈ ਮਹਿਕਮੇ ਨੇ ਉਸਦਾ 3 ਮੰਜ਼ਿਲਾ ਮਕਾਨ ਢਾਹ ਦਿੱਤਾ। ਹਾਲਾਂਕਿ ਉਸ ਨੂੰ ਫਲੈਟ ਤਾਂ ਦਿੱਤਾ ਗਿਆ ਪਰ ਇਹ ਫਲੈਟ ਰੇਲਵੇ ਸਟੇਸ਼ਨ ਤੋਂ ਕਾਫੀ ਦੂਰ ਹੈ। ਸਿਰ ਤੇ ਬੰਦਾ ਨਾ ਹੋਏ, ਔਲਾਦ ਨਾ ਕੰਮ ਕਰੇ ਤਾਂ ਰੋਟੀ ਤਾਂ ਖਾਂਦੇ ਸੀ ਉੱਥੇ ਬੈਠੇ, 4 ਕਮਰੇ ਕਿਰਾਏ ਤੇ ਦਿੰਦੇ ਸੀ, ਚਲੋ ਬੁਢਾਪਾ ਤਾਂ ਨਿਕਲ ਜਾਂਦਾ ਸੀ। ਮਾਇਆ ਹਰ ਰੋਜ਼ ਜ਼ਿੰਦਗੀ ਦਾ ਭਾਰ ਆਪਣੇ ਮੋਢਿਆਂ ਤੇ ਚੁੱਕ ਵੀ ਰਹੀ ਹੈ ਤੇ ਲਾ ਵੀ ਰਹੀ ਹੈ, ਪਰ ਸਰਕਾਰ ਕੋਲੋਂ ਉਸ ਨੂੰ ਕੋਈ ਖਾਸ ਮਦਦ ਨਹੀਂ ਮਿਲੀ। ਇੱਕ ਪਾਸੇ ਜਿੱਥੇ ਦੇਸ਼ ਦੀਆਂ ਵੁਮੈਨ ਵੇਟ ਲਿਫਟਰ ਚੰਦ ਸਕਿੰਟਾਂ ਲਈ ਭਾਰ ਚੁੱਕ ਕੇ ਕਰੋੜਾਂ ਰੁਪਏ ਕਮਾ ਲੈਂਦੀਆਂ ਨੇ, ਉੱਥੇ ਹੀ ਮਾਇਆ ਹਰ ਰੋਜ਼ ਲੱਕ ਤੋੜ ਮਿਹਨਤ ਕਰਕੇ ਵੀ 500 ਰੁਪਇਆ ਹੀ ਮਸਾ ਖੱਟ ਪਾਉਂਦੀ ਹੈ। ਕੀ ਸਾਡਾ ਸਮਾਜ ਮਾਇਆ ਦੀ ਮਜਬੂਰੀਆਂ ਦੇ ਬੋਝ ਨੂੰ ਮਹਿਸੂਸ ਕਰ ਰਿਹਾ ਹੈ? ਸਵਾਲ ਕਾਇਮ। ਲੁਧਿਆਣਾ ਤੋਂ ਨਰਿੰਦਰ ਮਹਿੰਦਰੂ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜਸ ਟੀਵੀ। ਰਹਿ ਜਾਤੇ ਹੈ ਸਾਰੀ ਦੁਨੀਆ ਕਾ ਬੋਝ ਹਮ ਉਠਾਤੇ ਹੈ।